ਸਤਸੰਗ ਵਿੱਚ ਮੈਂ ਇੱਕ ਵਾਰ ਸੁਣਿਆ ਸੀਗਾ ਕਿ ਅਗਰ ਜੀਤੇ ਜੀ ਨਹੀਂ ਮਾਰ ਕੇ ਦੇਖਿਆ ਤਾਂ ਮਰਨ ਦੇ ਬਾਅਦ ਵੀ ਕੋਈ ਗਰੰਟੀ ਨਹੀਂ ਹੈਗੀ। ਬਿਲਕੁਲ ਠੀਕ ਹੈ। ਅਤੇ ਬਾਬਾ ਜੀ 40 ਕੁ ਸਾਲ ਹੋ ਗਏ ਭਜਨ ਲਿੱਤੇ, ਅਤੇ ਮੇਰੇ ਦਿਲ 'ਚ ਤਾਂ ਬੜਾ ਸ਼ੱਕ ਸ਼ਾ ਹੋ ਗਿਆ ਕਿ ਉਹ ਕੀ ਹੋਏਗਾ, ਕਿ ਤੁਹਾਨੂੰ ਕੀ ਪਤਾ ਗਰੰਟੀ ਖੁਸ਼ ਹੈ ਕਿ ਨਹੀਂ ਕੀ ਹੋਊਗਾ। ਜਿਹੜਾ ਬਾਕੀ ਬਚਿਆ ਹੈਗਾ ਆਪਾਂ ਧਿਆਨ ਲਗਾ ਕੇ ਕਰੀਏ। ਹੁਣ ਜੇ ਜਿੰਦੇ ਜੀ ਆਪਾਂ ਅਨਪੜ੍ਹ ਰਹੇ ਤਾਂ ਕੋਈ MA ਦੀ ਡਿਗਰੀ ਸਾਨੂੰ ਮੌਤ ਦੇ ਬਾਅਦ ਦੇਊਗਾ? ਜੋ ਆਪਾਂ ਕਰਨਾ ਹੈ ਬੇਟਾ ਹੁਣ ਕਰਨਾ ਹੈਗਾ। ਹੁਣ ਜੇ ਆਪਾਂ ਉਹਦੀ ਕਦਰ ਨਹੀਂ ਕਰਦੇ ਜਿਹੜਾ ਉਹਨੇ ਮੌਕਾ ਦਿੱਤਾ ਹੈ, ਜੇ ਉਹਦੀ ਆਪਾਂ ਕਦਰ ਨਹੀਂ ਕਰਾਂਗੇ ਤਾਂ ਵਾਰ ਵਾਰ ਤਾਂ ਮੌਕੇ ਨਹੀਂ ਨਾ ਮਿਲਦੇ, ਤਾਂ ਕਦਰ ਕਰੀਏ ਆਪਾਂ। ਬਾਬਾ ਜੀ ਫਿਰ ਇੱਕ ਦੇ ਵਾਰ ਮਿਹਰਬਾਨੀ ਵੀ ਹੋਈ ਸਰ, ਸਰੀਰ ਛੁੱਟਿਆ ਵੀ ਹੈ ਉੱਪਰ ਕੇ ਬਾਬਾ ਜੀ, ਉੱਥੇ ਮੇਰੇ ਦਿਲ 'ਚ ਇਤਨੀ ਜਗਿਆਸਾ ਸੀਗੀ ਕਿ ਮੈਂ ਆਪ ਕੁਝ ਦੇਖਣਾ ਹੈ ਸਭ ਕੁਛ, ਬੜੀ ਦੇਰ ਬਾਅਦ ਮੌਕਾ ਮਿਲਿਆ। ਉਹ ਬਸ ਜਿਸਲੇ ਉਹ ਇੰਨੀ ਗੱਲ 'ਤੇ ਫਿਰ ਇੱਥੇ ਸਭ ਕੁਛ ਭੁੱਲ ਗਿਆ ਜੀ। ਫਿਰ ਨੀਚੇ ਦੇਖੋ ਆਪਾਂ ਕਰਦੇ ਹਾਂ ਪਰਖ, ਪਰਖ ਆਉਂਦੀ ਹੈ ਮਨ ਤੋਂ ਜੀ। ਉਸ ਵਕਤ ਤੁਹਾਨੂੰ ਆਨੰਦ ਲੈਣਾ ਚਾਹੀਦਾ, ਜਿੰਨਾ ਆਨੰਦ ਲਓਗੇ ਉਨੀ ਸੁਰਤ ਹੋਰ ਚੜੂਗੀ। ਪਰਖ ਕਰੋਗੇ ਮਨ ਵਿੱਚ ਆ ਗਿਆ ਤਾਂ ਧਿਆਨ ਤਾਂ ਪਹਿਲਾਂ ਹੀ ਨੀਚੇ ਆਉਣਾ ਸ਼ੁਰੂ ਹੋ ਜਾਊਗਾ ਬੇਟਾ। ਪਰਖ ਨਹੀਂ ਕਰਨੀ ਆਪਾਂ,